ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਨੂੰ ਸੁੱਕੇ ਆਲੂਆਂ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ। ਆਹ ਉਹਦੇ ਲਈ ਤੁਹਾਨੂੰ ਦੱਸਦੇ ਕੀ ਸਮਾਨ ਚਾਹੀਦਾ ਹੈ। ਇਹ ਆਪਾਂ ਨੇ ਆਲੂ ਲਏ, ਇਹਨਾਂ ਨੂੰ ਚੀਰ ਕੇ ਥੋੜ੍ਹੇ ਪਾਣੀ 'ਚ ਆਪਾਂ ਨੇ ਉਬਾਲ ਲਿਆ। ਅਤੇ ਇਹ ਆਪਣਾ ਲਸਣ ਅਤੇ ਪਿਆਜ਼ ਦਾ ਪੇਸਟ ਹੈ। ਇਹ ਆਪਣੀ ਹਰੀ ਮਿਰਚਾਂ ਬਰੀਕ ਪੀਸੀਆਂ ਹੋਈਆਂ। ਇਹ ਕਾਲੀ ਮਿਰਚ, ਹਲਦੀ, ਨਮਕ, ਗਰਮ ਮਸਾਲਾ, ਜੀਰਾ, ਲਾਲ ਮਿਰਚ ਅਤੇ ਅਮਚੂਰ। ਇਹ ਆਪਣੀ ਦੇਗੀ ਮਿਰਚ, ਇੱਧਰ ਆਪਣੀ ਦਹੀਂ ਹੈ। ਸਭ ਤੋਂ ਪਹਿਲਾਂ ਆਪਾਂ ਕੜਾਹੀ ਰੱਖਾਂਗੇ ਚੁੱਲ੍ਹੇ 'ਤੇ। ਅਤੇ ਇਹਦੇ ਵਿੱਚ ਤੇਲ ਪਾਵਾਂਗੇ। ਸੋ ਫਰੈਂਡਸ, ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਮੇਰੀ ਅਗਲੀ ਵੀਡੀਓ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚ ਸਕੇ। ਅਤੇ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਆ ਕਰੋ, ਫਿਰ ਮੈਨੂੰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਇਹ ਡਿਸ਼ ਕਿੱਦਾਂ ਦੀ ਲੱਗੀ। ਹੁਣ ਆਪਣਾ ਤੇਲ ਗਰਮ ਹੋ ਚੁੱਕਿਆ ਹੈ, ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ। ਹੁਣ ਆਪਾਂ ਜਿਹੜਾ ਆਪਣਾ ਲਸਣ ਅਤੇ ਪਿਆਜ਼ ਦਾ ਪੇਸਟ ਹੈ ਉਹ ਪਾ ਦਾਂਗੇ। ਇਹਨੂੰ ਆਪਾਂ ਬਰਾਊਨ ਹੋਣ ਤੱਕ ਭੁੰਨਾਂਗੇ। ਆਹੋ, ਤੁਹਾਨੂੰ ਆਪਾਂ ਇੱਧਰ ਆਪਣੇ ਜੌਂ ਦਿਖਾਉਂਦੇ ਹਾਂ। ਇਹਨਾਂ ਨੂੰ 5 ਦਿਨ ਹੋ ਗਏ ਬੀਜਿਆਂ ਨੂੰ, ਦੇਖੋ ਕਿੰਨੇ ਸੋਹਣੇ ਹੋ ਗਏ। ਅਤੇ ਫਿਰ ਆਪਾਂ ਤੁਹਾਨੂੰ ਦੁਸਹਿਰਾ ਵੀ ਮਨਾ ਕੇ ਦਿਖਾਵਾਂਗੇ ਕਿ ਅਸੀਂ ਦੁਸਹਿਰਾ ਕਿਵੇਂ ਮਨਾਉਂਦੇ ਹਾਂ। ਆਪਾਂ ਨੇ ਟਮਾਟਰ ਨਹੀਂ ਲਏ ਹੈਗੇ, ਇਸ ਕਰਕੇ ਆਪਾਂ ਦਹੀਂ ਅਤੇ ਅਮਚੂਰ ਪਾਵਾਂਗੇ। ਜੇ ਤੁਹਾਡੇ ਕੋਲ ਟਮਾਟਰ ਹੈਗੇ ਤੁਸੀਂ ਟਮਾਟਰ ਪਾ ਸਕਦੇ ਹੋ, ਪਰ ਮੈਂ ਅੱਜ ਦਹੀਂ ਅਤੇ ਅਮਚੂਰ ਨਾਲ ਸਬਜ਼ੀ ਬਣਾਉਂਗੀ, ਟਮਾਟਰ ਨਹੀਂ ਪਾਉਂਗੀ। ਮੰਮੀ ਜੀ, ਮੰਮੀ ਗਲਾਸ ਲੈ ਕੇ ਆਇਓ, ਗਲਾਸ ਲੈ ਕੇ ਆਇਓ ਇੱਕ। ਭਰ ਗਿਆ, ਤੈਨੂੰ ਕੀ ਹੋਇਆ? ਆਹ ਇੱਧਰ ਦਿਖ ਰਿਹਾ ਮੈਨੂੰ, ਹੁਣ ਦੇ ਇਸਨੂੰ ਚਾਹ ਪੁਣੀ ਲੈ ਕੇ ਆਇਓ। ਅੰਦਰ ਹੋਣਾ ਅਲਮਾਰੀ 'ਚ। ਹੁਣ ਆਪਾਂ ਦੇਗੀ ਮਿਰਚ ਪਾਵਾਂਗੇ ਅਤੇ ਹਲਦੀ ਪਾਵਾਂਗੇ।
ਹੁਣ ਆਪਾਂ ਜਿਹੜੀ ਇਹ ਦਹੀਂ ਰੱਖੀ ਹੋਈ ਹੈ ਇਹ ਪਾ ਦਾਂਗੇ ਇਹਦੇ ਵਿੱਚ। ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ। ਆਪਾਂ ਨਮਕ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹਾਂ। ਅਤੇ ਹੁਣ ਆਪਾਂ ਜਿਹੜੀ ਇਹ ਹਰੀ ਮਿਰਚ ਪੀਸ ਕੇ ਰੱਖੀ ਹੋਈ ਹੈ ਇਹ ਪਾ ਦਾਂਗੇ। ਹੁਣ ਆਪਾਂ ਅਮਚੂਰ ਪਾਵਾਂਗੇ। ਇੱਧਰ ਆਪਣਾ ਮਸਾਲਾ ਭੁੰਨ ਹੋ ਗਿਆ, ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜੀ ਕਾਲੀ ਮਿਰਚ ਉਹ ਪਾਵਾਂਗੇ। ਅਤੇ ਇਹ ਆਪਾਂ ਨੇ ਥੋੜ੍ਹੇ ਜਿਹੇ ਪਾਣੀ 'ਚ ਉਹ ਆਲੂ ਉਬਾਲੇ ਸੀਗੇ, ਹਲਕਾ ਜਿਹਾ ਸੇਕ ਲਗਾਇਆ ਸੀਗਾ, ਹੁਣ ਉਹ ਪਾ ਦਾਂਗੇ। ਅਤੇ ਫਿਰ ਇਹਨਾਂ ਨੂੰ ਅੱਛੀ ਤਰ੍ਹਾਂ ਇਹਦੇ ਵਿੱਚ ਹਿਲਾ ਲਾਂਗੇ ਤਾਂ ਜਿਹੜੇ ਆਪਣੇ ਨਮਕ ਮਿਰਚਾਂ ਨੇ ਉਹਦੇ ਵਿੱਚ ਐਨ ਅੱਛੀ ਤਰ੍ਹਾਂ ਮਿਕਸ ਹੋ ਜਾਵੇ। ਬਸ ਫਿਰ ਆਪਣੀ 5 ਮਿੰਟ ਤੱਕ ਸਬਜ਼ੀ ਬਣ ਕੇ ਤਿਆਰ ਹੈ। ਫਿਰ ਆਪਾਂ ਕੜਾਹੀ ਨੂੰ ਨੀਚੇ ਉਤਾਰ ਲਾਂਗੇ, 5 ਮਿੰਟ ਲਈ ਆਪਾਂ ਇਹਨੂੰ ਪਹਿਲਾਂ ਰਝਾਵਾਂਗੇ ਕਿ ਜਿਹੜਾ ਨਮਕ ਮਿਰਚ ਆਲੂਆਂ ਦੇ ਵਿੱਚ ਐਨ ਅੱਛੀ ਤਰ੍ਹਾਂ ਮਿਕਸ ਹੋ ਜਾਵੇ। ਸੋ ਫਰੈਂਡਸ, ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਮੇਰੀ ਅਗਲੀ ਵੀਡੀਓ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚ ਸਕੇ। ਅਤੇ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਆ ਕਰੋ, ਫਿਰ ਮੈਨੂੰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਇਹ ਡਿਸ਼ ਕਿੱਦਾਂ ਦੀ ਲੱਗੀ। ਆਪਣੀ ਸਬਜ਼ੀ ਬਣ ਕੇ ਤਿਆਰ ਹੈ। ਬਸ ਹੁਣ ਆਪਾਂ ਇਹਨੂੰ ਨੀਚੇ ਉਤਾਰਾਂਗੇ ਅਤੇ ਫਿਰ ਉਹ ਤੋਂ ਬਾਅਦ 'ਚ ਆਪਾਂ ਧਨੀਆ ਪਾਵਾਂਗੇ ਅਤੇ ਤੁਹਾਨੂੰ ਡੈਕੋਰੇਟਿੰਗ ਕਰਕੇ ਦਿਖਾਵਾਂਗੇ ਪਲੇਟਿੰਗ। ਆਪਾਂ ਨੂੰ ਜਿਵੇਂ ਕਿਤੇ ਵੀ ਜਾਣਾ ਹੁੰਦਾ ਹੈ, ਕਿਤੇ ਆਪਾਂ ਨੂੰ ਟੂਰ ਵਗੈਰਾ 'ਤੇ ਜਾਣਾ ਹੁੰਦਾ ਹੈ ਤਾਂ ਆਪਾਂ ਸਬਜ਼ੀ ਸੋਚਦੇ ਹਾਂ ਵੀ ਆਪਾਂ ਕਿਹੜੀ ਸਬਜ਼ੀ ਬਣਾ ਕੇ ਲੈ ਜਾਵਾਂਗੇ, ਤਾਂ ਆਪਾਂ ਸੁੱਕੇ ਆਲੂਆਂ ਦੀ ਸਬਜ਼ੀ ਬਣਾ ਕੇ ਲਿਜਾ ਸਕਦੇ ਹਾਂ ਕਿਉਂਕਿ ਇੱਕ ਤਾਂ ਟੇਸਟੀ ਹੁੰਦੀ ਹੈ ਅਤੇ ਇੱਕ ਆਪਣੇ ਫਾਇਦੇਮੰਦ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਕਿਧਰੇ ਰੋਟੀ ਲੈ ਕੇ ਜਾਂਦੇ ਹਾਂ ਤਾਂ ਇਹ ਡੁੱਲਦੀ ਨਹੀਂ ਹੈਗੀ ਅਤੇ ਆਪਾਂ ਕਿਤੇ ਵੀ ਜਾਂਦੇ ਹਾਂ ਰੋਟੀ 'ਤੇ ਰੱਖ ਕੇ ਵੀ ਖਾ ਸਕਦੇ ਹਾਂ ਇਹਨੂੰ। ਹੁਣ ਆਪਾਂ ਇਹਨੂੰ ਨੀਚੇ ਉਤਾਰਾਂਗੇ। ਦੇਖੋ ਕਿੰਨੀ ਵਧੀਆ ਬਣੀ ਹੈ ਆਪਣੀ ਸਬਜ਼ੀ ਅਤੇ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਕਿਉਂਕਿ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਆਲੂਆਂ ਦੀ ਸਬਜ਼ੀ ਨੂੰ। ਉਦਮ ਦੀ ਤਾਂ ਮੇਰੇ ਦੀ ਫੇਵਰੇਟ ਹੈ, ਜਦੋਂ ਉਹਨੇ ਹੁਣ ਸਕੂਲੋਂ ਆਊਗਾ ਕਹੂਗਾ ਮੰਮਾ ਸਬਜ਼ੀ ਦੇ ਦਿਉ, ਮੈਂ ਤਾਂ ਨਾਲ ਦੀ ਨਾਲ ਉਹ ਤਾਂ ਆਲੂਆਂ ਦੀ ਸਬਜ਼ੀ ਨਾਲ ਪੂਰੀਆਂ ਬਣਵਾ ਕੇ ਖਾਊਗਾ। ਫਿਰ ਆਪਾਂ ਤੁਹਾਨੂੰ ਕਿਸੇ ਦਿਨ ਪੂਰੀਆਂ ਵੀ ਬਣਾ ਕੇ ਦਿਖਾਵਾਂਗੇ।
ਹੁਣ ਆਪਾਂ ਇਹਦੇ ਉੱਪਰ ਧਨੀਆ ਚੀਰ ਕੇ ਪਾ ਦਾਂਗੇ। ਧਨੀਆ ਵੀ ਆਪਣਾ ਘਰ ਦਾ ਹੀ ਬੀਜਿਆ ਹੋਇਆ ਹੈ, ਆਪਾਂ ਘਰ ਦਾ ਹੀ ਧਨੀਆ ਤੋੜ ਕੇ ਲੈ ਕੇ ਆਏ ਹਾਂ। ਦੇਖੋ ਕਿੰਨੀ ਜ਼ਿਆਦਾ ਟੇਸਟੀ ਬਣੀ ਹੈ ਇਹ, ਅਤੇ ਬਹੁਤ ਜ਼ਿਆਦਾ ਦੇਖਣ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਅਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਹੈ। ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਅਤੇ ਫਿਰ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੀ ਇਹ ਡਿਸ਼ ਕਿਵੇਂ ਦੀ ਲੱਗੀ। ਤਦ ਤੱਕ ਲਈ ਬਾਏ ਬਾਏ, ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਤੁਹਾਨੂੰ। ਚਲੋ ਸਬਜ਼ੀ ਤਾਂ ਬੜੀ ਸੋਹਣੀ ਲੱਗ ਰਹੀ ਹੈ ਦੇਖਣੇ। ਪੂਰੀਆਂ ਬਣਾਈਏ, ਪੂਰੀਆਂ ਵੀ ਖਾਣੀ ਚੀਜ਼ ਹੈ, ਚੰਗੀ ਚੰਗੀ ਚੀਜ਼ ਬਣਾ, ਨਿਊਡਲ ਨਾਡਲ ਨਹੀਂ ਹੋਏ ਮੇਰੀ ਖਰਾਬ ਤਾਂ। ਇੱਕ ਮਿੰਟ ਰੋਕੀ ਪਵਾ, ਵੀਡੀਓ ਰੋਕੀ ਵੀ ਹੈ।